الله وبركاته اترا اٹھ کے ایتھے لاگے ہو گا آج واج قریب آج اٹھے 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 تسی ذرا ساتھی ادھر آؤ اٹھ کے سامنے اگے آ جاؤ اگے آ جاؤ قریب ایتھے لاگے ہو یار اگے آؤ الحمدللہ الذی لم یزل عالما قدیرا حیا قیوما سمیعا بصیرا اللهم صل على محمد وعلى آل محمد كما صليت على إبراهيم وعلى آل إبراهيم إنك حميد مجيد اللهم بارك على محمد وعلى آل محمد كما باركت على إبراهيم وعلى آل إبراهيم إنك حميد مجيد ربي زدني علما ربي زدني حلما ربي زدني فهما اما بعد فاعوذ بالله من الشيطان الرجيم بسم الله الرحمن الرحيم ووصينا الانسان بوالديه احسانا آمنت بالله صدق الله العظيم بوہا تیری جنت دا باپ تیرا کدی وی تو باپ دا دل نہ دکھا بوہا تیری جنت دا باپ تیرا کدی وی تو باپ دا دل نہ دکھا کیتا اے جوان تینوں پال پوس کے کیتا اے جوان تینوں پال پوس کے باپ دا بڑھاپے وچ بن آسرا کدی وی تو باپ دا دل نہ دکھا باپ نال گل کری ادب دے نال باپ نال گل کری ادب دے نال اف وی نہیں کہنا کدی اف وی کدی کہندا اے خدا کدی وی تو باپ دا دل نہ دکھا باپ جے ناراض ہووے رب وی ناراض اے باپ
ਬਾਪ ਜੇ ਨਾਰਾਜ਼ ਹੋਵੇ ਰੱਬ ਵੀ ਨਾਰਾਜ਼ ਏ। ਬਾਪ ਦੀ ਰਜ਼ਾ ਵਿੱਚ ਰੱਬ ਦੀ ਰਜ਼ਾ, ਕਦੀ ਵੀ ਤੂੰ ਬਾਪ ਦਾ ਦਿਲ ਨਾ ਦੁਖਾ। ਮੰਗੇ ਕੋਈ ਚੀਜ਼ ਵੀ ਨਾ ਕਰੀ ਇਨਕਾਰ, ਮੰਗੇ ਕੋਈ ਚੀਜ਼ ਵੀ ਨਾ ਕਰੀ ਇਨਕਾਰ। ਓਏ ਮਾਲਕੀਏ ਮਾਲਕੀਏ ਤੇਰੇ ਤੇ ਵੀ ਹੱਕ ਬਾਪ ਦਾ, ਕਦੀ ਵੀ ਤੂੰ ਬਾਪ ਦਾ ਦਿਲ ਨਾ ਦੁਖਾ। ਹਰ ਕਿਸਮ ਦੀ ਹਮਦੂ ਸਨਾ ਇਹ ਖੋਲਿਆ ਜੀ ਰਣ ਕੇ, ਇਹ ਸਿੱਧਾ ਕਰੋ ਜਿਹੜਾ ਅੱਲਾ ਸਾਰੀ ਕੈ, ਇਹ ਖੋਲੋ ਨਾ ਅਣਕੇ ਨੂੰ, ਜਿਹੜਾ ਅੱਲਾ ਸਾਰੀ ਕਾਇਨਾਤ ਦਾ ਮਾਲਕ ਵੀ ਹੈ, ਖਾਲਕ ਵੀ ਹੈ, ਦਾਤਾ ਵੀ, ਰਾਜ਼ਕ ਵੀ ਹੈ, ਅਲਾ ਕੁੱਲੀ ਸ਼ੈਇਨ ਕਦੀਰ ਵੀ ਹੈ, ਫਆਲੁਲੀ ਮਾ ਯੁਰੀਦ ਵੀ ਹੈ, ਦਰੂਦ ਸਲਾਮ ਸੈਯਦੁਲ ਅਵਲੀਨ ਵਲ ਆਖਰੀਨ, ਸੈਯਦੁਲ ਅਰਬ ਵਲ ਅਜਮ, ਸੈਯਦਨਾ ਜਨਾਬੀ ਮੁਹੰਮਦ ਰਸੂਲੁੱਲਾਹ। ਜ਼ਰਾ ਸਾਰੇ ਮੁਹੱਬਤ ਨਾਲ ਦਰੂਦ ਪੜ੍ਹੋ ਸੱਲੱਲਾਹੁ ਅਲੈਹੀ ਵ ਆਲਿਹੀ ਵਸੱਲਮ ਦੀ ਜ਼ਾਤ ਇਕਦਸੇ ਹੋਣ। ਇਹ ਬੱਚੇ ਤੁਸੀਂ ਸਾਹਮਣੇ ਬਿਠਾਏ ਨੇ ਜਿਹੜੇ ਸ਼ੋਰ ਕਰੀ ਜਾ ਰਹੇ, ਸਿਆਣੇ ਬੰਦੇ ਪਿੱਛੇ ਬੈਠੇ ਨੇ, ਤੁਸੀਂ ਜ਼ਰਾ ਉੱਠ ਕੇ ਨਾ ਅੱਗੇ ਆਓ, ਤੁਸੀਂ ਜ਼ਰਾ ਉੱਠ ਕੇ ਇੱਧਰ ਆਓ, ਇੱਧਰੋਂ ਹੋ, ਇਸ ਸਾਈਡ ਨੂੰ, ਜਗ੍ਹਾ ਮੁਕੰਮਲ ਹੋ ਜੂਗੀ, ਇਸ ਤੁਸੀਂ ਨੌਜਵਾਨ ਇੱਥੇ ਉੱਠ ਕੇ ਆਓ, ਜ਼ਰਾ ਇੱਥੇ ਆਓ, ਉੱਠ ਕੇ ਤੇ ਲਾਗੇ ਆਓ, ਜ਼ਰਾ ਅੱਗੇ ਆ ਜਾਓ, ਬਸ ਇੱਥੇ ਬੈਠ ਜਾਓ, ਆ ਜਾਓ ਆ ਜਾਓ ਉੱਠ ਕੇ, ਕਿਉਂ ਸ਼ਰਮਾਉਂਦੇ ਪਏ ਯਾਰ, ਜਗ੍ਹਾ ਖਾਲੀ ਪਈ ਆ, ਆ ਜਾਓ ਗਰੀਬ, ਜ਼ਰੂਰ ਇੱਥੇ ਆਓ ਤੁਸੀਂ ਅੱਗੇ ਆ ਜਾਓ, ਆ ਜਾਓ ਸਾਰੇ ਭਾਈ। ਪਹਿਲੀ ਮਰਤਬਾ ਤੁਹਾਡੀ ਇਸ ਮਸਜਿਦ ਦੇ ਅੰਦਰ ਅੱਲਾਹ ਤਾਲਾ ਨੇ ਹਾਜ਼ਰੀ ਦਾ ਮੌਕਾ ਨਸੀਬ ਫਰਮਾਇਆ। ਮੇਰੇ ਕਾਬਲ ਇੱਜ਼ਤ ਕਾਬਲ ਇਹਤਰਾਮ ਮੁਹਤਰਮ ਜਨਾਬ ਭਾਈ ਹਾਫਿਜ਼ ਅਦਨਾਨ ਸਾਹਿਬ, ਜਿਨ੍ਹਾਂ ਦੀ ਮੁਹੱਬਤ ਭਰੀ ਦਾਵਤ ਦੇ ਤੁਹਾਡੇ ਕੋਲ ਹਾਜ਼ਰੀ ਹੋਈ ਹੈ, ਅੱਲਾਹ ਤਾਲਾ ਇਸ ਮੇਰੇ ਭਾਈ ਦੀ ਮਿਹਨਤ ਆਪਣੀ ਬਾਰਗਾਹ ਅੰਦਰ ਕਬੂਲ ਫਰਮਾਏ। ਇਸ ਮਸਜਿਦ ਦੀ ਇੰਤਜ਼ਾਮੀਆਂ ਜਮਾਤੀ ਅਹਬਾਬ, ਅੱਲਾਹ ਤਾਲਾ ਤਮਾਮ ਭਾਈਆਂ ਦੇ ਰਿਸਕ ਅੰਦਰ ਮਾਲ ਅੰਦਰ ਆਪਣੀ ਖਾਸ ਰਹਿਮਤ ਔਰ ਬਰਕਾਤ ਨਜ਼ੂਲ ਫਰਮਾਏ। ਜਿਸ ਮੇਰੇ ਭਾਈ ਨੇ ਇਸ ਪ੍ਰੋਗਰਾਮ ਅੰਦਰ ਕਿਸੇ ਕਿਸਮ ਦਾ ਵੀ ਹਿੱਸਾ ਪਾਇਆ, ਤਾਵਨ ਕੀਤਾ, ਦੁਆਵਾਂ ਕੀਤੀਆਂ, ਅੱਲਾਹ ਤਾਲਾ ਤਮਾਮ ਭਾਈਆਂ ਦੀ ਮਿਹਨਤ ਕੋਸ਼ਿਸ਼ ਕਾਵਸ਼ ਅੱਲਾਹ ਆਪਣੀ ਬਾਰਗਾਹ ਅੰਦਰ ਕਬੂਲ ਫਰਮਾਏ। ਬਾਈ ਅਸ਼ਫਾਕ ਸਾਹਿਬ ਸਹੀਵਾਲ ਤੋਂ ਅਸ਼ਫਾਕ ਇਸਲਾਮਿਕ ਸੈਂਟਰ ਵਾਲੇ ਬਾਈ ਤਸ਼ਰੀਫ ਲੈ ਕੇ ਆਏ, ਅੱਲਾਹ ਤਾਲਾ ਇਸ ਮੇਰੇ ਭਾਈ ਦੇ ਕੰਮ ਅੰਦਰ ਬਰਕਤ ਨਸੀਬ ਫਰਮਾਏ। ਮੌਲਾਨਾ ਕਾਰੀ ਸੁਹੇਲ ਸਾਹਿਬ, ਬਾਈ ਅਬਦੁਲ ਸਲਾਮ ਸਾਹਿਬ ਤਸ਼ਰੀਫ ਲੈ ਕੇ, ਅੱਲਾਹ ਤਾਲਾ ਉਲਾਮਾ ਕਿਰਾਮ ਦਾ ਆਉਣਾ ਆਪਣੀ ਬਾਰਗਾਹ ਅੰਦਰ ਕਬੂਲ ਫਰਮਾਏ। ਇਸ ਮਸਜਿਦ ਦੇ ਇਮਾਮ ਓ ਖਤੀਬ ਮੁਹਤਰਮ ਜਨਾਬ ਕਾਰੀ ਮੁਹੰਮਦ ਉਬੈਦੁੱਲਾ ਸਾਹਿਬ, ਅੱਲਾਹ ਤਾਲਾ ਕਾਰੀ ਸਾਹਿਬ ਨੂੰ ਸਿਹਤੋ ਅਫੀਅਤ ਵਾਲੀ ਲੰਬੀ ਉਮਰ ਅਤਾ ਫਰਮਾਏ। ਭਾਈ ਇਹ ਸਾਉਣ ਦੀ ਨਾ ਸੈਟਿੰਗ ਕਰ ਯਾਰ, ਅਜੀਬ ਜੀ ਆਵਾਜ਼ ਦੇ ਰਿਹਾ ਹੈ। ਇੰਤਹਾਈ ਮੁਕਤ ਸਿਰ ਇਨਸ਼ਾਅੱਲਾ, ਜਿਹੜੀ ਕਲੀਅਰ ਆਵਾਜ਼ ਹੈ ਨਾ ਉਹ ਕੱਢੋ, ਆ ਜਿਹੜਾ ਅਜੀਬ ਜੀ ਢੋਲ ਜਿਹਾ ਖਤਮ ਕਰੋ। ਇਨਸ਼ਾਅੱਲਾ ਇੰਤਹਾਈ ਮੁਕਤ ਸਿਰ ਬਿਆਨ ਤੋਂ ਬਾਅਦ ਮੁਹਤਰਮ ਜਨਾਬ ਮੌਲਾਨਾ ਕਾਰੀ ਲਿਆਸ ਮਦਨੀ ਸਾਹਿਬ, ਮੌਲਾਨਾ ਆਸਫ ਨਜ਼ੀਰ ਮੁਹੰਮਦੀ ਸਾਹਿਬ ਇਨਸ਼ਾਅੱਲਾ ਆਪਣੇ ਆਪਣੇ ਅੰਦਾਜ਼ ਅੰਦਰ ਆਪਣੇ ਖਿਆਲਾਂ ਦਾ ਇਜ਼ਹਾਰ ਫਰਮਾਉਣਗੇ। ਅੱਲਾਹ ਤਾਲਾ ਉਲਾਮਾ ਕਿਰਾਮ ਦਾ ਦਿਨ ਰਾਹ ਦਾ ਸਫ਼ਰ ਅੱਲਾਹ ਆਪਣੀ ਬਾਰਗਾਹ ਅੰਦਰ ਕਬੂਲ ਫਰਮਾਏ। ਇਸ ਮੁਕਤ ਸਿਰ ਵਕਤ ਅੰਦਰ ਮੈਂ ਤੁਹਾਡੇ ਸਾਹਮਣੇ ਬਾਪ ਦੀ ਅਸਮਤ ਦੇ ਹਵਾਲੇ ਨਾਲ ਚੰਦ ਬਾਤਾਂ ਬਿਆਨ ਕਰਾਂਗਾ। ਕੁਰਾਨ ਪਾਕ ਅੰਦਰ ਅੱਲਾਹ ਨੇ ਕਈ ਮੁਕਾਮ ਅਤੇ ਵਾਲਦੈਨ ਦੀ ਅਸਮਤ ਔਰ ਸ਼ਾਨ ਔਰ ਮੁਕਾਮ ਨੂੰ ਬਿਆਨ ਫਰਮਾਏ। ਅੱਲਾਹ ਤਾਲਾ ਸਾਨੂੰ ਆਪਣੇ ਵਾਲਦੈਨ ਦੀ ਕਦਰ ਕਰਨ ਦੀ ਤੋਫੀਕ ਨਸੀਬ ਫਰਮਾਏ। ਫਿਰ ਕਿਹਾ ਦਿਓ ਆਮੀਨ। ਇੰਨੀ ਸੁਸਤੀ ਚੰਗੀ ਨਹੀਂ, ਜ਼ਰਾ ਮੁਹੱਬਤ ਨਾ ਕਹੋ ਆਮੀਨ।
اللہ رب العالمین اعلان فرماندے نے نبی پاک علیہ الصلوۃ والسلام دے سینہ پاک تے اللہ نے قرآن نازل فرمائے. ماسٹر والیم کھولو تھوڑا. نبی پاک علیہ الصلوۃ والسلام دے سینہ پاک تے اللہ نے قرآن نازل فرمائے. اللہ فرماتے ہیں وا وسعین الانسان بوالدیہ احسانا. اللہ رب العالمین اعلان فرماتے ہیں اے میرے محبوب پیغمبر امام الانبیاء حبیب کبریا والی بطحا بدر تجا شمس و زہا خیر الورا جناب محمد الرسول اللہ صلی اللہ علیہ وآلہ وسلم. نبی پاک علیہ الصلوۃ والسلام دا نام نامی اسم گرامی آوے ہر بندہ محبت نال پیار نال ادب تے ادب نال ذوق تے شوق نال درود پڑھے گا. اگر سونے نبی دی ذات تے درود پڑھو گے اللہ تہاڈی رزق اندر برکت کرے گا, اللہ تہاڈی شان اندر برکت کرے گا, اللہ تہاڈے گھر اندر برکت کرے گا, کیونکہ اے تے نام ہی بڑا پیارا ہے. میں شروع اندر تواڈے ذوق نو تازہ کراں تے اپنی محبت دا اظہار کراں. آنکھوں کا تارا نامی محمد, دل کا اجالا نامی محمد. آنکھوں کا تارا نامی محمد, دل کا اجالا نامی محمد. اگلا جملہ تسی میرے نال پڑھنا ہے صلی اللہ. پڑھو ذرا سارے صلی اللہ علیہ وسلم. صلی اللہ علیہ وسلم. چاہو جو دولت دونوں جہاں کی, چاہو جو دولت دونوں جہاں کی, کر لو وظیفہ نامِ محمد. صلی اللہ علیہ وسلم. پوچھے کا مولا لایا ہے کیا کیا, قیامت کی گل کر رہے ہیں. پوچھے کا مولا لایا ہے کیا کیا, پوچھے کا مولا لایا ہے کیا کیا, میں یہ کہوں گا نامِ محمد. صلی اللہ علیہ وسلم. اللہ سانو درود پڑھن والا بنائے. پھر کیا دعا. اللہ رب العالمین اعلان فرما دے نے نبی پاک علیہ الصلوۃ والسلام دے محبت کرن والے آ, آمینہ دے لال پیار کرن والے آ, دیوانے آ پروانے آ توجہ کرنا. اللہ فرما دے نے واپس عین الانسان بی والدیہ احسانا. اللہ رب العالمین نے وصیت فرمائیے اے میرے پیارے بندے, اپنے والدین دے نال حسن سلوک نال پیش آنا دے, اپنے والدین دے نال ادب نال پیش آنا ہے, اپنے والدین احترام نال پیش آنا ہے. حملت امہ کرہا ووضعت کرہا وحملہ وفصالہ ثلاثون شہرا حتی اذا بلغ اشدہ وبلغ اربعین سنا قال رب اوزعنی ان اشکر نعمتک اللتی انعمت علی وعلی والدی وأن أعمل صالحا ترضاه وأصلح لي في ذريتي إني تبت إليك وإني من المسلمين.
अल्लाह रब्बुल आलमीन ऐलान फरमांदे ने, ऐ मेरे प्यारे बंदे, अपने बाप का भी अदब करना है ते अपनी अम्मी जान का भी एहतराम करना है। जिस माँ ने 9 महीने तेनों अपने पेट अंदर उठाए, फिर बड़ी मुश्किल दे नाल तेनों जन्म दिता दे, फिर तेरी अम्मी जाम ने तेनों दुध पिलाया है, फिर तेरी अम्मी जाम ने तेरी परवरिश की है, उस परवरिश अंदर चलदियाँ चलदियाँ अज तू जवान हो गया दे। हुण दुआ करिया कर अल्लाह सुनिया, मैनू बाप का भी ताबियादार बना ते मैनू अम्मी जाम का भी ताबियादार बना। अल्लाह सुनिया मैनू इस नेमत का शुक्र अदा करम दी तौफीक नसीब फरमा। अल्लाह दे कुरान का दूसरा मुकाम है, अल्लाह फरमा देने वकदा रब्बू का अल्लाह ताबुदू इल्ला इया व बिलवालिदैन एहसाना। हबीबे किबरिया जनाबे मुहम्मद रसूलुल्लाह सल्लल्लाहु अलैहि व आलिहि वसल्लम, नबी पाक अलैहि सलातो सलाम दे सीने पाक ते अल्लाह ने कुरान नादल फरमाए। अल्लाह फरमांदे ने वकदा रब्बू का अल्लाह ताबुदू इल्ला इया, अल्लाह ने लासम करार दे दिता दे मेरा बंदा मेरे सामने सजदा करे, मेरा बंदा मेरे कोलो दुआवां करे, मेरा बंदा मेरे कोलो धियां मंगे, मेरा बंदा मेरे कोलो पुत्र मंगे, मेरा बंदा मेरे कोलो सुख मंगे, मेरा बंदा मेरे कोलो आराम मंगे, मेरा बंदा मेरे कोलो रिश्क मंगे, मेरा बंदा मेरे कोलो दुनिया ते आखरत दी कामयाबी दा सवाल करे। वा बिल वाली दई नी एह सामना, अपने वालदैन दे नाल हुस्ने सलूक नाल पेश आए, अपने वालदैन दे नाल अदब नाल पेश आए। इधर जरा मेरी तरफ देखिया दे, अल्लाह दे कुरान दा अगली अगला मुकाम सुनिया दे, अगली गल सुनिया दे। अल्लाह फरमांदे ने इमा यबलुगम ना इंदा कल की बारा आहदुहुमा औकिलाहुमा वला तकुल्लाहुमा उफ्फिं वला तनहरहुमा वकुल्लाहुमा कौलन करीमा। अल्लाह फरमांदे ने अगर वालदैन दोनों ज़ईफ हो जान या दोनों चो एक ज़ईफ हो जाए, इन्हों के सामने उची नहीं बोलना, बाप के सामने भी उची नहीं बोलना, तो बाप के सामने भी उची नहीं बोलना, बल्कि उन्होंने सामने नरमी वाले बाजू फैलाने ने। बाप का भी अदब करना है तो अम्मी जाम का भी एहतराम करना है। लेकिन अज साडे माशरे के अंदर जदों असी कड़ियल जवान हो जाने, ना बाप का अदब करने तो ना अम्मी जाम का एहतराम करने, फिर मैं कई ऐसे जवान वेखे जिहड़े अपने बाप नू भी धक्के मारदे ने ते अपनी अम्मी जाम नू भी धक्के मारदे ने। खुदा दा वास्ता जे इंज ना करिया दे, अपने बाप दा अदब करिया दे, अपने बाप दा एहतराम करिया दे। नबी पाक अलैहि सलातो सलाम दी हदीस है, अल्लाह दे नबी फरमांदे ने माम दे कदमां दे थले जन्नत ते बाप जन्नत दा बेहतरीन दरवाजा है। जिहड़ा बंदा चाहुंदा है ना मैं जन्नत दे VIP दरवाजे विचों दाखिल होवा, वह अपने बाप का अदब करिया करे, वह अपने बाप का एहतराम करिया करे। वह नौजवान पाइयो अपने बाप का अदब इंज करो जिमें सोने नबी दे यारा ने किया है, जिमें नबी पाक अलैहि सलातो सलाम दे वफादारा ने किया है। यह रवायत है सही बुखारी के अंदर, सही बुखारी है किताबुल इलम है। मेरे सोने नबी तशरीफ फरमाने, मेरे सोने नबी दे सहाबा भी तशरीफ फरमाने। अल्लाह दे नबी ने सवाल कर दिता है, मेरे सोने नबी अपने सहाबा वासो नसीहत पे करते हैं, वासो नसीहत करदियाँ करदियाँ मेरे मुस्तफा ने सवाल कर दिता है, मेरे प्यारे सहाबा दसो ते सही नाम वो केड़ा दरखत है जिदे पत्ते नहीं गिरदे। इधर जरा मेरी तरफ देखी जा दे, फरमाया उस दरख्त की मिसाल इंसान की तरह है, इंसान का सर कट दिता जाए, इंसान का सर उतार दिता जाए, इंसान के जिसम का हुसन ही खत्म हो जाता है, इंसान के जिसम का जमाल ही खत्म हो जाता जे। इस तरह उस दरख्त का उपर वाला सिरा कट दिता जाए, उपर वाली शाखा उतार दिखा जा, उस दरख्त का हुसन ही खत्म हो जाता है। मेरे मुस्तफा ने सवाल किया,
نبی پاک دے صحابہ نے کوئی جواب نہ دیتا. نبی پاک نے فرمایا صحابہ او کھجور دا درخت ہے, اللہ دے سونے نبی دی مجلس ختم ہو گئی ہے. صحابہ اپنے اپنے گھر اندر چلے گئے تے سونے نبی اپنے گھر اندر آ گئے. حضرت عبداللہ بن عمر رضی اللہ تعالی عنہما اپنے گھر اندر آئے نے تے آ کے اپنے باپ حضرت عمر سب پڑھو رضی اللہ تعالی رسی اللہ تعالیٰ عنہ نو گھر آن کے کہندے نے بابا جو سونے نبی نے سوال کیتا سی او دا جواب مینو آندا سی. تے حضرت عمر فرماندے نے پترا اوتھے تے بولیا نہیں, گھر آن کے کہنا کہ مینو جواب آندا سی. میں اگر تو جواب دیندا تے میری کنی عزت بندی, اگر تو جواب دیندا لوگ میری کنی قدر کر دے. عمر دا پتر کنا ذہین ہے, عمر دا پتر کنا سمجھدار ہے, لوگ مینو مبارکہ دیں دے. وہ لوگ کو پتا ہے نا ساڈے پتر نو یا ساڈی بیٹی نو مدرسے اندروں سکول اندروں کالج اندروں پوزیشن مل جائے, مسلمانوں والدین رشتے داروں نو فون کر کے کہندے نے تہاڈا بھتیجا کامیاب ہو گیا جے, تہاڈا بھانجا کامیاب ہو گیا جے. لوگ مبارکہ دیں دے نے, والدین خوشیاں کرتے ہیں, والدین مٹھیائیاں تقسیم کرتے ہیں. حضرت عمر فرماندے نے پترا تو نبی پاک دی مجلس اندر جواب دیندا تے میری کنی اک اللہ برقدر بندی. او نوجوان بھائیو ذرا گل تیام نہ سنیا دے, حضرت عبداللہ بن عمر رضی اللہ تعالی عنہما دا جواب سنیا دے. میری تقریر دا خلاصہ جیا جملہ, حضرت عبداللہ بن عمر فرماندے نے بابا جو سونے نبی نے سوال کیتا سی او دا جواب مینو آمدا سی تے میں جواب دینا بھی چاہندا ساں, میں سواسے نہیں بولیا. اوتھے تسی بھی موجود سو تے سونے نبی بھی موجود سن. اگر میں جواب دیندا کتے کوئی بندہ ایک گل نہ کر دیندا, باپ تے بولیا نہیں پتر پہلے ہی بولی جاندا, وڈے تے بولے نہیں چھوٹا پہلے ہی بولی جاندا. حضرت عمر نے گل سنی ہے نا اور زیادہ خوش ہو گئے, اللہ تیرا شکر ہے اتنا سمجھدار پتر مینوں عطا کیتا ہے, اتنا لائق پتر مینوں عطا کیتا ہے. او نوجوان بھائی ہوں ساری گل سنیا جی, ساڈا کی حال ہے, رشتے دار جمانے کمبا قبیلہ جمائے, باپ بھی بیٹھے تے امی جان بھی بیٹھیاں نے. اسی اینے نازیبا الفاظ استعمال کرنے ہاں, اسی کہنے ہاں میرے بڈڑے نو کی پتہ ہے تسی میرے نال گل کرو, میری بڈڑی نو کی پتہ ہے تسی میرے نال گل کرو. او نوجوان بھائیو انج نہ کریا دے, جتھے باپ بیٹھا ہووے اوتھے ادب نال بولیا کر, اوتھے احترام نال بولیا کر, اتھے نازیبا الفاظ استعمال نہ کریا کر. جتھے باپ بیٹھا ہوگے اتھے بدتمیزی نہ کریا کر. ایک اور میرے سونے نبی دا یار ہے جیتے دل وچ باپ دی خدمت دا ذوق تے شوق بڑھائے, مکہ فتح ہو گیا, حضرت ابو بکر صدیق سب پڑھو رضی اللہ تعالی, ذرا سارے پڑھو نا رضی اللہ تعالی, رضی اللہ تعالی عنہ. مسلمانوں اپنے باپ حضرت اس سیدنا عثمان رضی اللہ تعالی عنہ جنہ دا نام ہے جنہ دی کنیت ابو قحافہ, اپنے باپا نو اپنے کندھیاں تے اٹھا کے میرے سونے نبی دے گھر اندر لے کے آئے نے. اللہ دے نبی جی میرے باپا نو کلمہ پڑھاؤ نا تے مسلمان بناؤ نا, کلمہ پڑھاؤ نا تے اپنا امتی بناؤ نا. میرے سونے نبی نے فرمایا او میرے یار صدیق اپنے باپ نو اپنے کمدیاں تے اٹھا کے میرے گھر اندر لے کے آئے, مینوں دسنا سی میں خود چل کے تیرے گھر اندر آندا تے آ کے تیرے باپ نو کلمہ پڑھاندا. حضرت ابو بکر صدیق سب پڑھو رضی اللہ تعالی, رضی اللہ تعالیٰ عنہ فرما دے نے اللہ دے نبی جی, اللہ دے نبی جی میں صدقے تے قربان جاواں, تسی سو واری آن واسطے تیار, تسی ہزار واری آن واسطے تیار, اگر تسی خود چل کے میرے گھر اندر آ کے میرے باپ نو کلمہ پڑھاندے میں اپنے باپ نو اپنے کمدیاں تے اٹھا کے تواڈے کول لے کے آیا واں. یہ جڑی شان ملی ہے اے پھر شام تے نہیں سی ملی, یہ اللہ دی
ਤਰਫੋਂ ਜੋ ਅਜਰ ਮਿਲ ਆਏ ਇਹ ਫਿਰ ਅਜਰ ਤੇ ਨਹੀਂ ਸੀ ਮਿਲਣਾ। ਵਾਹ ਸਿੱਦੀਕ ਮੈਂ ਤੇਰੀ ਸੋਚ ਤੋਂ ਕੁਰਬਾਨ ਜਾਵਾਂ, ਵਾਹ ਸਿੱਦੀਕ ਮੈਂ ਤੇਰੀ ਅਸਮਤ ਤੋਂ ਕੁਰਬਾਨ ਜਾਵਾਂ। ਇਹ ਉਹ ਮੇਰੇ ਸੋਹਣੇ ਨਬੀ ਦਾ ਯਾਰ ਹੈ, ਸੋਹਣੇ ਨਬੀ ਮਸਜਿਦ ਦੇ ਅੰਦਰ, ਹਜ਼ਰਤ ਸਿੱਦੀਕ ਮਸਜਿਦ ਅੰਦਰ, ਸੋਹਣੇ ਨਬੀ ਗਾਰ ਅੰਦਰ, ਹਜ਼ਰਤ ਸਿੱਦੀਕ ਗਾਰ ਅੰਦਰ, ਸੋਹਣੇ ਨਬੀ ਮੈਦਾਨ ਜਿਹਾਦ ਅੰਦਰ, ਹਜ਼ਰਤ ਸਿੱਦੀਕ ਮੈਦਾਨ ਜਿਹਾਦ ਅੰਦਰ, ਆਪਣਾ ਤਨ ਮਨ ਧਨ ਕੁਰਬਾਨ ਕਰ ਦਿੱਤਾ ਹੈ। ਪਰ ਕਿਸੇ ਮੌਕੇ 'ਤੇ ਨਬੀ ਪਾਕ ਦੀ ਮੁਹੱਬਤ ਅੰਦਰ ਬੋਲੋ ਫਰਕ ਆਣ ਦਿੱਤਾ, ਹਰ ਚੀਜ਼ ਦੀ ਕੁਰਬਾਨ ਕਰ ਛੱਡੀ, ਪਰ ਨਬੀ ਪਾਕ ਦੀ ਮੁਹੱਬਤ ਅੰਦਰ ਬੋਲੋ ਫਰਕ ਆਣ ਦਿੱਤਾ। ਹਜ਼ਰਤ ਅਬੂ ਬਕਰ ਸਿੱਦੀਕ ਸਾਹਿਬ ਪੜੋ ਰਸੀ ਅੱਲਾਹੁ ਤਾਲਾ ਅਨਹੋ ਫਰਮਾਇਆ ਕਰਦੇ ਸਨ, ਸੁਣਿਆ ਮੇਰਾ ਦਿਲ ਕਰਦਾ ਮੇਰਾ ਮਾਲ ਹੋਵੇ ਅਤੇ ਤੁਹਾਡਾ ਇਸ਼ਾਰਾ ਹੋਏ ਅਤੇ ਮੈਂ ਆਪਣਾ ਮਾਲ ਸਾਰਾ ਹੀ ਕੁਰਬਾਨ ਕਰ ਦਿਆਂ। ਉਹ ਜਿੱਦੀ ਯਾਰੀ ਦਾ ਪਹਿਲਾ ਨੰਬਰ ਹੈ, ਉਹ ਜਿਹੜਾ ਅੱਜ ਵੀ ਰੋਜ਼ ਦੇ ਅੰਦਰ ਹੈ, ਉਹ ਮੇਰੇ ਨਬੀ ਦਾ ਪਿਆਰਾ ਅਬੂ ਬਕਰ, ਉਹ ਜਗ ਮੰਨ ਗਿਆ ਸਾਰਾ ਅਬੂ ਬਕਰ। ਮੈਂ ਜੁਮਲਾ ਦੁਬਾਰਾ ਪੜ੍ਹਨਾ ਅਤੇ ਜਿਹੜੇ ਹਜ਼ਰਤ ਅਬੂ ਬਕਰ ਸਿੱਦੀਕ ਰਸੀ ਅੱਲਾਹੁ ਤਾਲਾ ਅਨਹੁ ਦੇ ਨਾਲ ਮੁਹੱਬਤ ਕਰਦੇ ਨੇ, ਮੈਂ ਇਸ਼ਾਰਾ ਕਰਾਂ, ਤੁਸੀਂ ਸਾਰਿਆਂ ਨੇ ਕਹਿਣੇ ਅਬੂ ਬਕਰ ਕੀ ਕਹਿਣਾ। ਇੱਕ ਵਾਰੀ ਅਖੇਸੀਆਂ ਹੱਥ ਬਾਹਰ ਕੱਢ ਕੇ ਨਾ ਚਾਦਰਾਂ 'ਚੋਂ, ਜ਼ਰਾ ਕਹੋ ਹਾਂ ਅਬੂ ਬਕਰ। ਯਾਰ ਖੋਲੋ ਦਰਾ ਆਪਣੀ ਅਖੇਸੀਆਂ ਚਾਦਰਾਂ, ਖੋਲੋ ਦਰਾ, ਖੋਲੋ ਖੋਲੋ, ਕੋਈ ਮਸਲਾ ਨਹੀਂ, ਮੈਂ ਵੇਖ ਲਓ ਖੋਲ ਕੇ ਬੈਠਾ ਨਾ, ਕੋਈ ਮਸਲਾ ਨਹੀਂ, ਤੁਹਾਨੂੰ ਕੋਈ ਮਸਲਾ ਨਹੀਂ ਬਣਦਾ, ਸਾਰਿਆਂ ਨੇ ਕਹਿਣਾ ਅਬੂ ਬਕਰ ਕੀ ਕਹਿਣਾ। ਪਤਾ ਲੱਗੇ ਨਬੀ ਪਾਕ ਦੇ ਸਿਹਾਬੀ ਨੂੰ ਮੰਨਣ ਵਾਲੇ ਬੈਠੇ ਨੇ, ਮੁਹੱਬਤ ਕਰਨ ਵਾਲੇ ਬੈਠੇ ਨੇ। ਉਹ ਜਿੱਦੀ ਯਾਰੀ ਦਾ ਪਹਿਲਾ ਨੰਬਰ ਹੈ, ਉਹ ਜਿਹੜਾ ਅੱਜ ਵੀ ਰੋਜ਼ ਦੇ ਅੰਦਰ ਹੈ, ਉਹ ਮੇਰੇ ਨਬੀ ਦਾ ਪਿਆਰਾ ਅਬੂ ਬਕਰ, ਉਹ ਜਗ ਮੰਨ ਗਿਆ ਸਾਰਾ, ਉਹ ਕਹੋ ਨਾ ਦਰਾ, ਜਗ ਮੰਨ ਗਿਆ ਸਾਰਾ। ਕਸਮੇ ਉਹ ਜ਼ਾਲਮ ਨਾ ਐਨ ਚੌਕ ਦੇ ਵਿੱਚ ਖੜਿਆ ਹੋ ਕੇ ਅਤੇ ਨਬੀ ਪਾਕ ਦੇ ਯਾਰ ਹਜ਼ਰਤ ਅਬੂ ਬਕਰ ਸਿੱਦੀਕ ਨੂੰ ਸਰਿਆਮ ਗਾਲਾਂ ਕੱਢਦੇ, ਕਿਉਂ ਜੀ ਸੁਣੀਆਂ ਨੇ ਗਾਲਾਂ, ਅਤੇ ਅਸੀਂ ਅੱਲਾਹ ਦੇ ਬੰਦਿਓ ਉਹ ਨਾਂ ਲੈਣ ਲੱਗਿਆਂ ਸ਼ਰਮਾਨੇ ਪਏ ਹਾਂ। ਆਪਣੀ ਸੁਸਤੀ ਲਾਓ, ਜ਼ਰਾ ਮੁਹੱਬਤ ਦਾ ਸਬੂਤ ਦਿਓ ਅਤੇ ਸਾਰੇ ਜ਼ਰਾ ਮੁਹੱਬਤ ਨਾ ਕਹੋ ਅਬੂ ਬਕਰ। ਉਹ ਜਿੱਦੀ ਯਾਰੀ ਦਾ ਪਹਿਲਾ ਨੰਬਰ ਹੈ, ਉਹ ਜਿਹੜਾ ਅੱਜ ਵੀ ਰੋਜ਼ ਦੇ ਅੰਦਰ ਹੈ, ਉਹ ਮੇਰੇ ਨਬੀ ਦਾ ਪਿਆਰਾ ਅਬੂ ਬਕਰ, ਜਗ ਮੰਨ ਗਿਆ ਸਾਰਾ। ਉਹ ਪੜੋ ਨਾ ਯਾਰ, ਜਗ ਮੰਨ ਗਿਆ ਸਾਰਾ, ਉਹ ਜਗ ਮੰਨ ਗਿਆ ਸਾਰਾ ਅਬੂ ਬਕਰ, ਜਿਸ ਦਮ ਮੇਰੇ ਨਬੀ ਦਾ ਦੁਸ਼ਮਣ ਇਹ ਜ਼ਮਾਨਾ ਹਾ, ਉਸ ਵੇਲੇ ਆਕਾ ਦਾ ਅਬੂ ਬਕਰ ਦੀਵਾਨਾ ਹਾ, ਜਿਸ ਦਮ ਮੇਰੇ ਨਬੀ ਦਾ ਦੁਸ਼ਮਣ ਇਹ ਜ਼ਮਾਨਾ ਹਾ, ਉਸ ਵੇਲੇ ਆਕਾ ਦਾ ਅਬੂ ਬਕਰ ਦੀਵਾਨਾ ਹਾ। ਅੱਲਾ ਚੁਣ ਕੇ ਯਾਰ ਨੂੰ ਯਾਰ ਦਿੱਤੇ, ਉਹ ਨਾਲ ਤੋੜ ਦਾ ਪਹਿਰੇਦਾਰ ਦਿੱਤੇ, ਉਹ ਮੇਰੇ ਨਬੀ ਦਾ ਪਿਆਰਾ ਅਬੂ ਬਕਰ, ਜਗ ਮੰਨ ਗਿਆ ਸਾਰਾ। ਉਧਰ ਸਾਰੇ ਪੜੋ ਨਾ, ਉਹ ਜਗ ਮੰਨ ਗਿਆ ਸਾਰਾ। ਔਰ ਤੁਸੀਂ ਕਿਉਂ ਸੁਸਤੀ ਕਰ ਰਹੇ ਹੋ, ਪੜੋ ਨਾ ਜ਼ਰਾ, ਜਗ ਮੰਨ ਗਿਆ ਸਾਰਾ, ਉਹ ਜਗ ਮੰਨ ਗਿਆ ਸਾਰਾ ਅਬੂ ਬਕਰ। ਇੱਧਰ ਦੇਖੀ ਆ ਜੇ, ਕੁਰਾਨ ਖੋਲ ਰੱਬ ਦਾ ਪੜ ਇਸ ਹੁਮਾ ਫਿਲਗਾਰ, ਹਿਜਰਤ ਲਈ ਆਕਾ ਉਹ ਜਿਹਨੂੰ ਕੀਤਾ ਏ ਤਿਆਰ, ਕੁਰਾਨ ਖੋਲ ਰੱਬ ਦਾ ਉਹ ਪੜ ਇਸ ਹੁਮਾ ਫਿਲਗਾਰ, ਹਿਜਰਤ ਲਈ ਆਕਾ ਉਹ ਜਿਹਨੂੰ ਕੀਤਾ ਏ ਤਿਆਰ, ਉਹ ਜਿਹਦਾ ਦਰ ਆਕਾ ਖੜਕਾਇਆ ਏ, ਉਹ ਜਿਹਨੇ ਬਾਰ ਨਬੂਵਤ ਚਾਇਆ ਏ, ਉਹ ਮੇਰੇ ਨਬੀ ਦਾ ਪਿਆਰਾ ਅਬੂ ਬਕਰ, ਉਹ ਜਗ ਮੰਨ ਗਿਆ ਸਾਰਾ। ਉਹ ਜਿੱਦੀ ਯਾਰੀ ਦਾ ਪਹਿਲਾ
नंबर है वो जेड़ा अज भी रोजे दे अंदर है वो मेरे नबी दा प्यारा अबू बकर वो जाग मन गया सारा। एक मैं दुआ करना चाहना सारे ने वो बदनामी कहनी है अल्लाह सुने असी गुनेगार बड़े हाँ सियाकार बड़े हाँ पर तेरी रहमत ते उम्मीद बड़ी है अल्लाह सुने साढ़े गुनाह माफ़ करके जन्नत अंदर जन्नत भी अता करी ते जन्नत अंदर हजरत सिद्दीक दा साथ भी अता करी। आओ लोगो जरा तो जो फरमाया दे नबी पाक अलैहि सलातो सलाम दे मोहब्बत करन वाले आ आमीना दे लाल लाल प्यार करन वाले आ दीवाने आ परवाने आ तवज्जो करना कुरान पाक दा मुतालिया करो अलहम्दुलिल्लाह रब्बिल आलमीन तो लेके मिनल जिन्नति वन नास तक पूरे कुरान पाक अंदर सिर्फ एक ऐसी औरत दा जिक्र आया दे जिन्ने अल्लाह दे कोलो दुआ कीती अल्लाह सुने मैनू औलाद अता कर दे अल्लाह ने धी अता कर दी ते उन्ने भी आखिया अल्लाह सुने अगर पुत्र दे दिंदा ते तेरे खजाने अंदर केड़िया कमियां सन पुत्र पुत्र ही हुंदा है ते धी धी हुंदी है। मुसलमानों तवज्जो सिर्फ एक ऐसी औरत का जिक्र आया दे बाकी जिथे भी कुराने पाक अंदर देखोगे पाक दुआ पिया कर दाए अल्लाह सुने मेनो बेटा दे दे अल्लाह सुने मेनो पुत्र दे दे एक बापे ना जड़ा शादी दे बाद दुआ पिया कर दाए तवज्जो जरा मेरी तरफ रखी आ दे इन्हों का नाम है हजरत ज़करिया अलैहिस्सलाम शादी दे बाद दुआ करते पे ने रब्बी ला तज़रनी फरतौ व अंत खैर वारिसीन अल्लाह सुने मैनु पुत्र दे दे। हजरत ज़करिया अलैहिस्सलाम 100 साल दे हो गए ते कह रहे ने अल्लाह सुने मैनु पुत्र दे दे मेरा सहारा बन जाएगा वो नौजवान पायो अपने बाप का सहारा बनिया करो। हजरत ज़करिया अलैहिस्सलाम दुआ करते पे ने अल्लाह सुने मैनु पुत्र दे दे मेरा सहारा बन जाएगा एवें ते बाप सारी जिंदगी तगारियां नहीं उठाता एवें ते बाप सारी जिंदगी तेरे नखरे नहीं उठांदा एवें ते बाप सारी जिंदगी तेरे खर्चे नहीं उठांदा इसे वास्ते उठांदा है मेरा पुत्र जवान होएगा मेरा सहारा बन जाएगा मेरा बेटा जवान होएगा मेरा सहारा बन जाएगा। हजरत ज़करिया अलैहिस्सलाम दुआ करते पे ने अल्लाह सुने मेनू पुत्र दे दे मेरा सहारा बन जाएगा मेनू बेटा दे दे मेरा सहारा बन जाएगा। जवाब मिलिया या ज़करिया इन्ना नु बशीरू का भी गुलामी निस्मुहु यहया साडे कोलो पुत्र मंगी है ते असी तेनु बेटा अता कर दिता है। एक और बाप है ना जिहड़ा अल्लाह दे सामने दुआ पिया करदा है रोंदियां रोंदियां 10 साल गुजर गए आखिया अल्लाह तेरे कोलो पुत्र लेना है 20 साल गुजर गए आखिया अल्लाह तेरे कोलो पुत्र लेना है 30 साल गुजर गए आखिया अल्लाह तेरे कोलो पुत्र लेना है। मुसलमानो 60 साल गुजर गए आखिया अल्लाह तेरे कोलो पुत्र लेना है 80 साल गुजर गए आखिया अल्लाह तेरे कोलो पुत्र लेना है 86 साल का बाप हो चुकिया दे ते दुआ पिया कर दे रब्बी हबली मिन सालिहीन रब्बी हबली मिन सालिहीन मंगिया ते अल्लाह दे कोलो पुत्र मंगिया है मंगिया ते अल्लाह दे कोलो बेटा मंगिया दे। ओ नौजवान पाइयो बाप नो इन्ना नकम्मा ना समझिया करो बाप नो इन्ना बेकार ना समझिया करो। तारीख अंदर एक ऐसा बाप मिलता है एदा बेटा गुम हो गया इन्हें अल्लाह दे सामने रोना शुरू कर दिता है रोंदियां रोंदियां 10 साल गुजर गए अल्लाह सुने मेरे पुत्र दा दुख मेरे को बर्दाश्त नहीं हो रहा मेरे पुत्र दी तकलीफ मेरे को बर्दाश्त नहीं हो रही। अहलो व सहलो मरहबा मोहतरम जनाब मौलाना कारी इलियास मदरी साहब हाफिज़हुल्लाह ताला तशरीफ लेके अल्लाह ताला करी साहब दा आना अपनी बारगाह अंदर कबूल फरमाए और तुहाडे ते अपने मौलवी ने जरा खिंच के कहो आमीन। आओ लोगों जरा तो जो फरमाया दे नबी पाक अलैहिस्सलातु वस्सलाम दे मुहब्बत करने वाले आ आमीना दे लाल नाल प्यार करने वाले आ दीवाने आ परवाने आ तवज्जो करना इधर जरा मेरी तरफ देखी आ दे नबी पाक दा कलमा पढ़ने वाले हो अल्लाह दे सामने रोई जा रहे है पा अल्लाह सुने मेरा पुत्र कदों मिलेगा मेरे पुत्र दे बगैर मेरा दिल नहीं लगता रोंदियां रोंदियां 30 साल गुजर गए अल्लाह सुने मेरे पुत्र दे बगैर मेरा दिल नहीं लगता रोंदियां
ਰੋਂਦਿਆਂ ਰੋਂਦਿਆਂ 40 ਸਾਲ ਗੁਜ਼ਰ ਗਏ, ਹੱਤਾ ਕਿ ਅੱਖਾਂ ਦੀ ਬਿਨਾਈ ਚਲੀ ਗਈ ਹੈ, ਅੱਖਾਂ ਸਫੇਦ ਹੋ ਚੁੱਕੀਆਂ ਨੇ। ਇਹਨਾਂ ਦਾ ਨਾਮ ਹੈ ਹਜ਼ਰਤ ਯਾਕੂਬ ਅਲੈਹੀ ਸਲਾਤੋ ਸਲਾਮ। ਜਦੋਂ ਹਜ਼ਰਤ ਯੂਸਫ ਅਲੈਹੀ ਸਲਾਤੋ ਸਲਾਮ ਜੁਦਾ ਹੋਏ ਨੇ ਨਾ, ਬਾਪ ਨੂੰ ਸਕੂਨ ਨਹੀਂ ਮਿਲ ਰਿਹਾ, ਦਿਨ ਵੀ ਅੱਲਾਹ ਦਾ ਪੈਗੰਬਰ ਰੋਈ ਜਾ ਰਿਹਾ, ਰਾਤ ਵੀ ਅੱਲਾਹ ਦਾ ਪੈਗੰਬਰ ਰੋਈ ਜਾ ਰਿਹਾ। ਜੇ ਉਹ ਨੌਜਵਾਨ ਪਾਇਓ, ਮਾਂ ਦਾ ਬੜਾ ਸ਼ਾਨ ਹੈ, ਮਾਂ ਦਾ ਬੜਾ ਮੁਕਾਮ ਹੈ, ਲੇਕਿਨ ਬਾਪ ਦੀਆਂ ਵੀ ਬੜੀਆਂ ਮਿਹਨਤਾਂ ਨੇ। ਬਾਪ ਦੇ ਸਾਹਮਣੇ ਉੱਚੀ ਨਾ ਬੋਲਿਆ ਕਰ, ਬਾਪ ਦੇ ਸਾਹਮਣੇ ਬਦਤਮੀਜ਼ੀ ਨਾ ਕਰਿਆ ਕਰ, ਬਾਪ ਦੇ ਸਾਹਮਣੇ ਨਖਰੇ ਨਾ ਕਰਿਆ ਕਰ, ਨਸਰਾ ਮਿਲਾ ਕੇ ਗੱਲ ਨਾ ਕਰਿਆ ਕਰ, ਨਸਰਾ ਝੁਕਾ ਕੇ ਗੱਲ ਕਰਿਆ ਕਰ, ਅਦਬ ਨਾਲ ਗੱਲ ਕਰਿਆ ਕਰ। ਅਗਰ ਤੇਰਾ ਬਾਪ ਤੈਨੂੰ ਸਮਝਾਉਂਦਾ ਹੈ ਤੂੰ ਗਲਤੀ ਕਰਨਾ ਗੁਨਾਹ ਕਰਨਾ ਹੈ, ਤੇਰਾ ਬਾਪ ਤੈਨੂੰ ਸਮਝਾਉਂਦਾ ਹੈ ਅਗਰ ਸਮਝਾਉਂਦਿਆਂ ਸਮਝਾਉਂਦਿਆਂ ਤੇਰੇ ਮੂੰਹ 'ਤੇ ਤਮਾਚਾ ਮਾਰ ਦੇਵੇ, ਇਹ ਨਾ ਆਖਿਆ ਕਰਮ ਇਹ ਤੇਰਾ ਘਰ ਹੈ ਅਤੇ ਮੈਂ ਚਲਿਆ, ਇਹ ਤੇਰਾ ਘਰ ਹੈ ਅਤੇ ਮੈਂ ਇੱਥੇ ਨਹੀਂ ਰਹਿਣਾ। ਖੁਦਾ ਦੀ ਕਸਮ ਹੈ ਤੇਰੇ ਚਿਹਰੇ 'ਤੇ ਤਮਾਚਾ ਬਾਅਦ ਅੰਦਰ ਵੱਜਦਾ ਹੈ, ਬਾਪ ਦੇ ਸੀਨੇ 'ਤੇ ਦਰਦ ਪਹਿਲੇ ਹੋ ਜਾਂਦਾ ਹੈ। ਜਦੋਂ ਤੂੰ ਰੁੱਸ ਕੇ ਘਰ ਛੱਡ ਕੇ ਜਾਂਦਾ, ਅੱਲਾਹ ਉੱਪਰ ਛੁੱਪ ਕੇ ਵੇਖਿਆ ਕਰ, ਤੇਰੇ ਬਾਪ ਦੀਆਂ ਅੱਖਾਂ ਬਰਸ ਪੈਂਦੀਆਂ ਨੇ। ਪੁੱਤਰ ਸ਼ਾਮ ਨੂੰ ਘਰ ਅੰਦਰ ਨਾ ਆਵੇ, ਬਾਪ ਨੂੰ ਖਾਣਾ ਚੰਗਾ ਨਹੀਂ ਲੱਗਦਾ, ਬਾਪ ਨੂੰ ਚਾਰ ਪਈ ਚੰਗੀ ਨਹੀਂ ਲੱਗਦੀ। ਉਹ ਨੌਜਵਾਨ ਪਾਇਓ, ਅੱਜ ਤੇ ਬੁੱਢੜੇ ਮਾਂ ਬਾਪ ਨੂੰ ਸਤਾ ਲੈਂਦੇ ਹੋ, ਅੱਜ ਤੇ ਬੁੱਢੜੇ ਮਾਂ ਬਾਪ ਨੂੰ ਤੰਗ ਕਰ ਲੈਂਦੇ ਹੋ, ਜਦੋਂ ਕੱਲ੍ਹ ਨੂੰ ਇਹਨੇ ਮਤ ਨਜ਼ਰ ਨਹੀਂ ਆਏਗੀ ਫਿਰ ਕਿਹਦੇ ਨਾਲ ਨਖਰੇ ਕਰੇਗਾ, ਫਿਰ ਤੇਰੀਆਂ ਫਰਮਾਇਸ਼ਾਂ ਕੌਣ ਪੂਰੀਆਂ ਕਰੇਗਾ। ਅੱਜ ਬਾਪ ਨੂੰ ਕਿਉਂ ਸਤਾਨਾ ਜ਼ਾਲਿਮਾ, ਇਹਨੂੰ ਫਿਕਰਾਂ ਨੇ ਅਤੇ ਤੇਰੀਆਂ ਫਿਕਰਾਂ ਨੇ, ਇਹ ਸੁੱਤਾ ਵੀ ਹੋਵੇ ਅਤੇ ਤੇਰੀਆਂ ਫਿਕਰਾਂ ਦੇ ਅੰਦਰ, ਇਹ ਜਾਗਦਾ ਵੀ ਹੋਵੇ ਅਤੇ ਤੇਰੀਆਂ ਫਿਕਰਾਂ ਦੇ ਅੰਦਰ, ਤੂੰ ਕਾਲਜ ਜਾ ਰਹੇ ਹੈ, ਬਾਪ ਨੂੰ ਫਿਕਰ ਲੱਗੀ ਹੈ ਮੈਂ ਦੀਆਂ ਫੀਸਾਂ ਅਦਾ ਕਰਨੀਆਂ ਨੇ, ਕਿਤੇ ਤਗਾਰੀਆਂ ਉਠਾ ਰਿਹਾ ਹੈ ਮੇਰਾ ਪੁੱਤਰ ਪੜ ਜਾਵੇ, ਕਿਤੇ ਫੈਕਟਰੀ ਜਾ ਰਿਹਾ ਮੇਰਾ ਪੁੱਤਰ ਪੜ ਜਾਵੇ, ਕਿਤੇ ਰੇੜੀ ਲਗਾ ਕੇ ਸਬਜ਼ੀ ਫਰੋਖਤ ਪਿਆ ਕਰਦਾ ਮੇਰਾ ਪੁੱਤਰ ਪੜ ਜਾਵੇ। ਕਾਹਦਾ ਤੂੰ ਪੜਿਆ ਹੈ, ਤੂੰ ਬਿਹਤਰੀਨ ਅਹੁਦੇ 'ਤੇ ਫੈਜ਼ ਹੋ ਗਿਆ ਹੈ, ਹੁਣ ਤੇਰਾ ਬਾਪ ਤੈਨੂੰ ਮਿਲਣ ਆਇਆ, ਤੂੰ ਆਪਣੇ ਬਾਪ ਦਾ ਤਾਰਫ ਹੀ ਨਹੀਂ ਕਰਾਉਂਦਾ, ਕਿਤੇ ਮੇਰੇ ਯਾਰ ਇਹ ਨਾ ਆਖਣ ਇਹ ਧੋਤੀ ਬਣ ਕੇ ਝਟਕਾ ਜਿਹਾ ਬੰਦਾ ਜਿਹੜਾ ਆਇਆ ਇਹਦੇ ਅੱਬੂ ਜਾਨ ਨੇ। ਮੈਂ ਬੜੇ ਬੜੇ ਬਦਬਖਤ ਵੇਖੇ ਨੇ ਜਿਹੜੇ ਆਪਣੇ ਬਾਪ ਦਾ ਤਾਰਫ ਹੀ ਨਹੀਂ ਕਰਾਉਂਦੇ, ਓਏ ਫਖਰ ਨਾਲ ਦੱਸਿਆ ਕਰ ਇਹ ਧੋਤੀ ਬਣ ਕੇ ਇਹ ਝਟਕਾ ਜਿਹਾ ਬੰਦਾ ਜਿਹੜਾ ਮੇਰੇ ਦਫ਼ਤਰ ਅੰਦਰ ਆਇਆ ਇਹ ਮੇਰੇ ਅੱਬੂ ਜਾਨ ਨੇ, ਇਹਨਾਂ ਤਗਾਰੀਆਂ ਉਠਾਈਆਂ ਅਤੇ ਮੈਂ ਪੜਿਆ, ਇਹਨਾਂ ਲੋਕਾਂ ਦੀਆਂ ਗੱਲਾਂ ਸੁਣੀਆਂ ਅਤੇ ਮੈਂ ਪੜਿਆ, ਇਹਨਾਂ ਰਾਤਾਂ ਨੂੰ ਫਸਲਾਂ ਨੂੰ ਪਾਣੀ ਲਾਇਆ ਅਤੇ ਮੈਂ ਪੜਿਆ, ਇਹ ਮੇਰੇ ਅੱਬੂ ਜਾਨ ਨੇ ਜਿਹਨੇ ਮੈਨੂੰ ਪੜ੍ਹਾਇਆ ਹੈ। ਓਏ ਅੱਜ ਬਾਪ ਜ਼ਿੰਦਾ ਹੈ ਅਤੇ ਗੁਨਾਹਾਂ ਤੋਂ ਰੋਕਣ ਵਾਲਾ ਮੌਜੂਦ ਹੈ, ਗਲਤੀਆਂ ਤੋਂ ਰੋਕਣ ਵਾਲਾ ਮੌਜੂਦ ਹੈ। ਜਦੋਂ ਬਾਪ ਦੁਨੀਆਂ ਤੋਂ ਟੁਰ ਗਿਆ ਤੂੰ ਗੁਨਾਹ ਕਰੇਗਾ, ਤੂੰ ਗਲਤੀਆਂ ਕਰੇਗਾ, ਤੂੰ ਖਤਾਵਾਂ ਕਰੇਗਾ, ਪਰ ਤੇਰੇ ਬਾਪ ਦੇ ਇਲਾਵਾ ਤੈਨੂੰ ਕਿਸੇ ਔਰ ਨੇ ਸਮਝਾਉਣਾ, ਤੇਰਾ ਮਜ਼ਾਕ ਉਡਾਉਣ ਵਾਲੇ ਤੈਨੂੰ ਬੜੇ ਮਿਲ ਜਾਣਗੇ, ਲੇਕਿਨ ਸਮਝਾਉਣ ਵਾਲਾ ਬੋਲੋ ਕੋਈ ਮਿਲਦਾ? ਇੱਕ ਬਾਪ ਹੀ ਹੁੰਦਾ ਏ ਜਿਹੜਾ ਆਪਣੇ ਪੁੱਤਰ ਨੂੰ ਸੱਦ ਕੇ ਕਹਿੰਦਾ, ਪੁੱਤਰਾ ਇਹ ਕੰਮ ਨਾ ਕਰ, ਇਸ ਕੰਮ ਦੀ ਵਜ੍ਹਾ ਤੋਂ ਤੇਰੇ ਬਾਪ ਦੀ ਸਫੈਦ ਚਾਦਰ ਨੂੰ ਦਾਗ ਲੱਗ ਜਾਏਗਾ। ਤਵੱਜੋ ਕਰਿਆ ਜੇ ਮੇਰੇ ਅਸੀਂ ਦੋਸਤ ਦੁਰਗੋ, ਪੁੱਤਰ ਦਾ ਬਾਪ ਤੋਂ ਵੱਧ ਕੇ ਕੋਈ ਰਾਜ਼ਦਾਰ ਨਹੀਂ ਹੁੰਦਾ, ਇਹ ਅਲੈਦਾ ਗੱਲ ਏ। ਉਹ ਆਪਣੇ ਪੁੱਤਰ ਨੂੰ ਦੱਸਦਾ ਨਹੀਂ ਕਿ ਤੇਰਾ ਮੈਨੂੰ ਕਿਹੜਾ ਕਿਹੜਾ ਗੁਨਾਹ ਨਜ਼ਰ ਆ ਰਿਹਾ, ਕਿਤੇ ਮੇਰਾ ਪੁੱਤਰ ਮੇਰੇ ਸਾਹਮਣੇ ਪਰੇਸ਼ਾਨ ਨਾ ਹੋਏ, ਮੇਰੇ ਸਾਹਮਣੇ ਸ਼ਰਮਿੰਦਾ ਨਾ ਹੋਏ। ਦੁਨੀਆਂ 'ਤੇ ਹਰ ਬੰਦਾ ਕਹਿੰਦਾ ਇਹ ਬੰਦਾ ਮੇਰੇ ਤੋਂ ਨੀਵਾਂ ਰਵੇ, ਦੋਸਤ ਕਹਿੰਦਾ ਦੋਸਤ ਮੇਰੇ ਤੋਂ ਨੀਵਾਂ ਰਵੇ, ਯਾਰ ਕਹਿੰਦਾ ਯਾਰ ਮੇਰੇ ਤੋਂ ਨੀਵਾਂ ਰਵੇ, ਤਵੱਜੋ ਕਰਿਆ ਜੇ ਰਿਸ਼ਤੇਦਾਰ ਕਹਿੰਦਾ ਰਿਸ਼ਤੇਦਾਰ ਮੇਰੇ ਤੋਂ ਨੀਵਾਂ ਰਵੇ। ਇੱਕ ਵਾਹਦ ਬਾਪ ਹੁੰਦਾ ਏ ਜਿਹੜਾ ਹਰ ਵਕਤ ਤਰਬੀਅਤ ਵੀ ਕਰਦਾ, ਖਿਆਲ ਵੀ ਕਰਦਾ, ਮੁਹੱਬਤ ਵੀ ਕਰਦਾ ਕਿ ਮੇਰਾ ਪੁੱਤਰ ਮੇਰੇ ਤੋਂ ਉੱਚਾ ਹੋ ਜਾਏ। ਅਗਰ ਅੱਜ ਨੇਮਤ ਮੌਜੂਦੇ ਦੀ ਕਦਰ ਕਰ, ਇਹ ਨੇਮਤ ਦੁਨੀਆਂ ਤੋਂ ਟੁਰ ਗਈ ਫਿਰ ਤੂੰ ਪਛਤਾਏਗਾ, ਪਰ ਉਦੋਂ ਕੋਈ ਪਛਤਾਉਣ ਦਾ ਬੋਲੋ ਫਾਇਦਾ ਹੋਣਾ? ਉਹ ਕਰ ਮੇਰਾ ਹੋ ਗਿਆ ਸੁਨਾ ਸੁਨਾ ਸਜਦਾ ਨਹੀਂ, ਮੌਤ ਨੇ ਖੋਲਿਆ ਬਾਪ ਮੇਰਾ ਜੀ ਲੱਗਦਾ ਨਹੀਂ। ਓਏ ਕਰ ਮੇਰਾ ਹੋ ਗਿਆ ਸੁਨਾ ਸੁਨਾ ਸਜਦਾ ਨਹੀਂ, ਮੌਤ ਨੇ ਖੋਲਿਆ ਬਾਪ ਮੇਰਾ ਜੀ ਲੱਗਦਾ ਨਹੀਂ। ਓਏ ਲਾਡ ਮੁਹੱਬਤ ਜਦ ਤੱਕ ਸਿਰ 'ਤੇ ਰਹਿੰਦੀ ਏ,
लाड मोहब्बत जद तक सिर ते रहम दिए सो रब दी बुरी नजरे कोई तकदा नहीं मौत ने खोलिया बाप मेरा जी लगदा नहीं ओ लाड मोहब्बत पल पल चेते आंदे ने लाड मोहब्बत पल पल चेते आंदे ने बाप दे वांगू सिरानू कोई वे बाप दे वांगू सिरानू कोई काजीदा नहीं मौत ने खोले हम बाप मेरा जी लगदा नहीं वे पुल के भी ना मापे उस मान नाराज करी पुल के भी ना मापे उस मान नाराज करीम मापे नाराज जी दे वे मापे नाराज जी दे ओ बंदा चाजीदा नहीं मौत ने खोलिया बाप मेरा जी लगदा नहीं अल्लाह जिन्ना दे वालदे मुहतरम वालदेन जिंदा ने सानू कदर करन दी तौफीक नसीब फरमा फिर क्या जवाब अल्लाह जिन्ना दी दुनिया तो रुखसत हो गई अल्लाह जन्नत अंदर आला मुकाम नसीब फरमा आओ लोगों जरा तवज्जो फरमाया जे आखिरी गल सुनो ते गल खत्म करिए नबी पाक अलैहि सलातो सलाम दे मुहब्बत करने वाले आ आमीना दे लाल लाल प्यार करने वाले आ दीवाने आ परवाने आ तवज्जो करना इब्ने माजा दी रवायत है नबी पाक अलैहि सलातो सलाम तशरीफ फरमाने एक नौजवान आया दे अपने पाप की शिकायत लैके ओ नौजवान भाई ओ पहली बात मैं अर्ज करना चाहना तू भी अपने बाप दा तेरा माल भी तेरे बाप दा तू भी अपने बाप दा तेरा घर भी तेरे बाप दा तू भी अपने बाप दा तेरा पैसा भी तेरे बाप दा दुनिया वालियां नू भवें कुछ ना देना पर अपने बाप दे कोलों कुछ ना छुपाना क्योंकि जदों तू छोटा से बचपन अंदर तेरे बाप ने तेरे कोलों दौलतां नहीं छुपाइया तेरे कोलों माल नहीं छुपाया ओदे नाल मां जाया 10 रुपए खर्च कर लैंदा ओए गल बर्दाश्त नहीं सी करदा तू लखां साया कर दीते उन्हें कुछ नहीं आखिया चल खैर है मेरा पुत्र तू लखां साया कर दीते उन्हें कुछ नहीं आखिया कोई गल नहीं मेरा बेटा है नबी पाक दा कलमा पढ़न वाले हूँ तवज्जो जरा मेरी तरफ रखी आज आज तू जवान हो गया है आज तू कमान वाला हो गया है हुन दुआ करिया कर रब्बी रहम हुमा रब्बी रहम हुमा कमा रब्बयानी सगीरा अल्लाह सुने मेनू वालदैन दा इंज ताबेदार बना जिमें बचपन अंदर मेरे वालदैन मेरे ताबे सन मैं जो कहिंदा सन ओ लिया के दिंदे सन मैं जो मंगदा सन ओ लिया के दिंदे सन अज मेरे वालदैन ज़ईफ हो चुके ने अल्लाह मेरा दिल इंज कर दे मेरा बाप जो मंगे ओ मैं लिया के देवां मेरी माँ जो मंगे ओ मैं लिया के देवां नबी पाक दा कलमा पढ़ वाले हो मेरे सोने नबी दे दौर अंदर एक ऐसा बाप है जिहड़ा अपने पुत्र दे घर अंदर जांदा है इहदा दिल कीता इहदा पैसा उठा लिया दिल कीता घर विचों समान लै गया इहदा पुत्र बड़ा तंग आ गया चलदियां चलदियां सोने नबी दे कोल आया दे आके अरज करदा सोने मैं अपने बाप की शिकायत लैके आया नबी पाक ने फरमाया खैर होवे अरज करदा सोने मैं बड़ा माल कमाना वा मैं बड़ा पैसा कमाना वा मैं बड़ी मेहनत करना वा मेहनत मैं करना ते मेरा बाप लै जांदा है मेरे बाप दा दिल कीता घर विचों 1000 लै गई हम मेरे बाप दा दिल कीता घर विचों 2000 लै गई हम बाप दा दिल कीता घर विचों जानवर लै गई हम घर विचों कोई चीज़ लै गया मैनू पुछदा भी नहीं ते मैनू दसदा भी नहीं मेरे बाप नू आखो मेरे घर विचों पैसा ना लवे मेरे बाप नू आखो मेरे घर विचों दौलत ना लवे मेरे बाप नू आखो मेरे घर विचों समान ना लवे मैं जो कमाना वा अपने लिए कमाना वा मैं जो कमाना वा अपने पुत्रां लिए कमाना वा मैं जो कमाना अपने घर लिए कमाना वा नबी पाक अलैहिस सलातो सलाम ने एक सहाबी नू भेजिया है जा जल्दी जा इस्वाम दे बाप नू बुला के लैके आ इंज करके सहाबी गया जे ते जाके बाप नू पैगाम दिता जे तुहानू सोहणे नबी बुला रहे ने ये जल्दी जल्दी उठ के खड़ा हो गया खैर होवे मेरे सोहणे नबी ने मैनू की कहना जे मुसलमानो सहाबी अरज करदा है
ਤੁਹਾਡੇ ਪੁੱਤਰ ਨੇ ਸ਼ਿਕਾਇਤ ਲਗਾਈ ਹੈ, ਮੇਰਾ ਬਾਪ ਘਰ ਵਿੱਚੋਂ ਪੈਸਾ ਲੈ ਜਾਂਦਾ, ਮੈਨੂੰ ਦੱਸਦਾ ਵੀ ਨਹੀਂ ਅਤੇ ਮੈਨੂੰ ਪੁੱਛਦਾ ਵੀ ਨਹੀਂ। ਉਹ ਨੌਜਵਾਨ ਪਾਇਓ, ਬਾਪ ਨੇ ਜਦੋਂ ਇਹ ਗੱਲ ਸੁਣੀ ਹੈ ਨਾ, ਤਾਂ ਬਾਪ ਦੀਆਂ ਅੱਖਾਂ ਬਰਸ ਪੈਂਦੀਆਂ ਨੇ, ਨਾਲੇ ਸਾਰੋ ਕਿਤਾਰ ਰੋਂਦਾ ਆ ਰਿਹਾ ਹੈ, ਅਤੇ ਨਾਲੇ ਦਿਲ ਹੀ ਦਿਲ ਅੰਦਰ ਆਪਣੇ ਪੁੱਤਰ ਨਾਲ ਗੱਲਾਂ ਪਿਆ ਕਰਦਾ ਹੈ। ਇਹਦੀਆਂ ਗੱਲਾਂ ਸੋਹਣੇ ਰਹਿਮਾਨ ਨੂੰ ਪਸੰਦ ਆਈਆਂ। ਅੱਲਾ ਨੇ ਆਸਮਾਨ ਤੋਂ ਵਹੀ ਨਾਜ਼ਿਲ ਕਰ ਦਿੱਤੀ, ਅੱਲਾ ਨੇ ਆਖਿਆ ਸੁਣਿਆ, ਉਹ ਜਦੋਂ ਬਾਪ ਤੁਹਾਡੇ ਕੋਲ ਆਵੇ ਉਹਨੂੰ ਪੁੱਛਿਆ ਜੇ ਰਸਤੇ ਅੰਦਰ ਆ ਰਿਹਾ ਸੀ ਅਤੇ ਕੀ ਕਹਿੰਦਾ ਆ ਰਿਹਾ ਸੀ। ਇੰਜ ਕਰਕੇ ਬਾਪ ਸਾਹਮਣੇ ਆਇਆ, ਮੇਰੇ ਸੋਹਣੇ ਨਬੀ ਨੇ ਫਰਮਾਇਆ, ਬਜ਼ੁਰਗੋ ਤੁਸੀਂ ਆਪਣੇ ਪੁੱਤਰ ਦਾ ਮਾਲ ਲੈਂਦੇ ਹੋ, ਤੁਸੀਂ ਆਪਣੇ ਪੁੱਤਰ ਦਾ ਪੈਸਾ ਲੈਂਦੇ ਹੋ, ਜਿਵੇਂ ਦਿਲ ਕਰਦਾ ਤੁਸੀਂ ਖਾਂਦੇ ਪੀਂਦੇ ਹੋ, ਨਾਲੇ ਇਹ ਤਾਂ ਦੱਸੋ ਨਾ ਰਸਤੇ ਅੰਦਰ ਆ ਰਹੇ ਸੋ ਅਤੇ ਕੀ ਕਹਿੰਦੇ ਆ ਰਹੇ ਸੋ, ਰਸਤੇ ਅੰਦਰ ਆ ਰਹੇ ਸੋ ਅਤੇ ਕੀ ਗੱਲਾਂ ਕਰਦੇ ਆ ਰਹੇ ਸੋ। ਇਸ ਬਜ਼ੁਰਗ ਦੀਆਂ ਅੱਖਾਂ ਬਰਸ ਪੈਂਦੀਆਂ ਨੇ, ਇਹ ਬਾਪ ਰੋ ਕੇ ਕਹਿੰਦਾ ਹੈ। ਉਹ ਨੌਜਵਾਨ ਭਾਈ ਉਹ ਜ਼ਰਾ ਖਿਆਲ ਆ ਤੰਦੀ ਅੰਦਰ ਅੰਦਰ ਜਾ ਕੇ ਸੋਚਿਆ ਜੇ ਸਮਝਿਆ ਜੇ ਗੱਲ ਨੂੰ, ਇਹ ਬਾਪ ਸੋਹਣੇ ਨਬੀ ਨੂੰ ਕਹਿ ਰਿਹਾ ਹੋਏਗਾ, ਅੱਲਾ ਦੇ ਨਬੀ ਜੀ ਮੈਂ ਇਹ ਕਹਿ ਰਿਹਾ ਸਾਂ, ਇਹ ਮੇਰੇ ਪੁੱਤਰ ਤੈਨੂੰ ਕੀ ਪਤਾ ਮੈਂ ਤੈਨੂੰ ਕਿਵੇਂ ਪਾਲਿਆ, ਤੈਨੂੰ ਕੀ ਪਤਾ ਮੈਂ ਤੈਨੂੰ ਕਿਵੇਂ ਸਾਂਭਿਆ, ਮੈਂ ਆਪ ਨਹੀਂ ਸਿਖਾਉਂਦਾ, ਮੈਂ ਤੈਨੂੰ ਖਿਲਾ ਦਿੰਦਾ ਸਾਂ, ਮੈਂ ਆਪ ਨਹੀਂ ਸੀ ਪਹਿਨਦਾ, ਕੋਈ ਚੰਗਾ ਸੂਟ ਮਿਲਣਾ ਮੈਂ ਆਖਣਾ ਮੇਰਾ ਪੁੱਤਰ ਪਾਏਗਾ, ਕੋਈ ਚੰਗੀ ਚੀਜ਼ ਮਿਲਣੀ ਪੁੱਤਰਾ ਮੈਂ ਤੈਨੂੰ ਦੇ ਦੇਣੀ, ਮੇਰਾ ਪੁੱਤਰ ਜਵਾਨ ਹੋਏਗਾ ਮੇਰਾ ਸਹਾਰਾ ਬਣ ਜਾਏਗਾ, ਮੇਰਾ ਬੇਟਾ ਜਵਾਨ ਹੋਏਗਾ ਮੇਰਾ ਸਹਾਰਾ ਬਣ ਜਾਏਗਾ, ਮੈਂ ਜ਼ਮੀਨ ਖਰੀਦਦਾ ਰਿਹਾ ਮੇਰਾ ਪੁੱਤਰ ਮਾਲਕ ਬਣ ਜਾਏਗਾ, ਮੈਂ ਮਕਾਨ ਖਰੀਦਦਾ ਰਿਹਾ ਮੇਰਾ ਪੁੱਤਰ ਮਾਲਕ ਬਣ ਜਾਏਗਾ, ਅੱਜ ਤੂੰ ਮਾਲਕ ਬਣਿਆ ਹੈ ਮੈਨੂੰ 10 ਰੁਪਏ ਵੀ ਖਰਚਣ ਦਾ ਹੁਕਮ ਨਹੀਂ ਹੈ। ਉਹ ਨੌਜਵਾਨ ਭਾਈ ਇਸ ਪਿੰਡ ਅੰਦਰ ਇਸ ਇਲਾਕੇ ਅੰਦਰ ਮੈਂ ਕਈ ਐਸੇ ਬਾਪ ਤੁਹਾਨੂੰ ਵਿਖਾ ਸਕਦਾ ਵਾਂ ਜਿਨ੍ਹਾਂ ਨੂੰ ਪੁੱਤਰ ਦੇ ਘਰ ਅੰਦਰੋਂ ਪਾਣੀ ਪੀਣਾ ਵੀ ਨਸੀਬ ਨਹੀਂ ਹੁੰਦਾ, ਪੁੱਤਰ ਦੇ 10 ਰੁਪਏ ਵੀ ਖਰਚਣੇ ਨਸੀਬ ਨਹੀਂ ਹੁੰਦੇ, ਉਹ ਡਰਦੇ ਰਹਿੰਦੇ ਨੇ ਵਿਚਾਰੇ, ਜਿੰਨਾ ਸਾਂਭਿਆ ਪਾਲਿਆ ਬੜੇ ਸ਼ੌਕਾਂ ਦੇ ਨਾਲ, ਅੱਜ ਉਹ ਡਰਦੇ ਨੇ ਮੈਂ ਆਪਣੇ ਪੁੱਤਰ ਕੋਲੋਂ 100 ਮੰਗਾਂ ਇਹਦੇ ਮੱਥੇ 'ਤੇ ਵੱਟ ਨਾ ਪੈ ਜਾਏ, ਮੈਂ ਆਪਣੇ ਪੁੱਤਰ ਕੋਲੋਂ 1000 ਮੰਗਾਂ ਇਹਦੇ ਮੱਥੇ 'ਤੇ ਵੱਟ ਨਾ ਪੈ ਜਾਏ। ਬਦ ਬਖਤ ਹੈ ਪੁੱਤਰ ਜਿਹਦਾ ਬਾਪ ਉਹਦੇ ਕੋਲੋਂ ਡਰਦਾ ਰਹੇ, ਬਦ ਨਸੀਬ ਹੈ ਉਹ ਪੁੱਤਰ ਜਿਹਦਾ ਬਾਪ ਡਰਦਿਆਂ ਆਪਣੇ ਪੁੱਤਰ ਨਾਲ ਆਪਣੇ ਦਿਲ ਦੀ ਗੱਲ ਨਾ ਕਰ ਸਕੇ, ਆਪਣਾ ਤਕਲੀਫ਼ ਅੰਦਰ ਵਕਤ ਗੁਜ਼ਾਰ ਕੇ ਆਪਣੇ ਪੁੱਤਰ ਕੋਲੋਂ 100 ਦਵਾਈ ਵਾਸੇ ਨਾ ਲੈ ਸਕੇ। ਯਾਦ ਕਰ ਉਸ ਵਕਤ ਨੂੰ ਬਚਪਨ ਅੰਦਰ ਜਦੋਂ ਤੂੰ ਛੋਟਾ ਸੇ ਬਿਮਾਰ ਹੋ ਗਿਆ, ਉਹ ਕਿਹੜਾ ਜਿਹੜਾ ਸਾਰੀ ਰਾਹ ਤੈਨੂੰ ਹੱਥਾਂ 'ਤੇ ਉਠਾ ਕੇ ਵਿਹੜੇ ਅੰਦਰ ਚੱਲਦਾ ਰਿਹਾ, ਮੇਰੇ ਪੁੱਤਰ ਨੂੰ ਦਰਦ ਕਿਉਂ ਹੋਇਆ, ਮੇਰੇ ਪੁੱਤਰ ਨੂੰ ਤਕਲੀਫ਼ ਕਿਉਂ ਹੋਈ ਹੈ, ਤੈਨੂੰ ਉਠਾ ਕੇ ਡਾਕਟਰ ਦੇ ਕੋਲ ਲੈ ਕੇ ਗਿਆ, ਡਾਕਟਰ ਸਾਹਿਬ ਦਰਵਾਜ਼ਾ ਖੋਲ ਮੇਰਾ ਪੁੱਤਰ ਬਿਮਾਰ ਹੈ, ਅਤੇ ਡਾਕਟਰ ਨੇ ਆਖਿਆ ਚਲੇ ਜਾਓ ਰਾਤ ਦਾ ਟਾਈਮ ਹੈ ਮੈਂ ਦਰਵਾਜ਼ਾ ਨਹੀਂ ਖੋਲ੍ਹਣਾ, ਸੁਬਹ ਨੂੰ ਆਇਆ ਦੇ, ਇਹਨੇ ਆਖਿਆ ਡਾਕਟਰ ਸਾਹਿਬ ਦਰਵਾਜ਼ਾ ਖੋਲ ਮੇਰੇ ਪੁੱਤਰ ਦਾ ਦੁੱਖ ਮੇਰੇ ਕੋ ਬਰਦਾਸ਼ਤ ਨਹੀਂ ਹੋ ਰਿਹਾ, ਮੇਰੇ ਪੁੱਤਰ ਦੀ ਤਕਲੀਫ਼ ਮੇਰੇ ਕੋ ਬਰਦਾਸ਼ਤ ਨਹੀਂ ਹੋ ਰਹੀ, ਅੱਜ ਉਹ ਬਾਪ ਡਰਦਾ ਤੇਰੇ ਕੋਲੋਂ, ਡੁੱਬ ਕੇ ਮਰ ਜਾ ਜੇ ਤੇਰਾ ਬਾਪ ਤੇਰੇ ਕੋਲੋਂ ਡਰੇ, ਡਰਦਿਆਂ ਦਵਾਈ ਵਾਸਤੇ 100 ਨਾ ਮੰਗ ਸਕੇ, ਕੱਪੜਿਆਂ ਵਾਸਤੇ 1000 ਨਾ ਮੰਗ ਸਕੇ, ਘਰ ਅੰਦਰ ਖੁਸ਼ੀ ਦਾ ਮੌਕਾ ਆਪਣੇ ਲਿਬਾਸ ਹੀ ਬੜੀ ਫਿਕਰ ਹੈ, ਆਪਣੇ ਬੱਚਿਆਂ ਦੇ ਲਿਬਾਸ ਹੀ ਬੜੀ ਫਿਕਰ ਹੈ, ਆਪਣੀ ਬੀਵੀ ਦੇ ਲਿਬਾਸ ਹੀ ਬੜੀ ਫਿਕਰ ਹੈ, ਇਹ ਬੁੱਢੜੇ ਬਾਪ ਨੂੰ ਸਫੈਦ ਕੱਪੜੇ ਕਿੰਨੇ ਲੈ ਕੇ ਦੇਣੇ ਨੇ, ਬੁੱਢੜੇ ਬਾਪ ਨੂੰ ਸਫੈਦ ਪਗੜੀ ਕਿੰਨੇ ਲੈ ਕੇ ਦੇਣੀ ਹੈ, ਬੁੱਢੜੇ ਬਾਪ ਨੂੰ ਬਿਹਤਰੀਨ ਜੂਤਾ ਕਿੰਨੇ ਲੈ ਕੇ ਦੇਣਾ ਹੈ, ਅਗਰ ਅੱਜ ਆਪਣੇ ਬਾਪ ਨੂੰ ਸੁਖੀ ਕਰੇਗਾ ਕਦੇ ਤੂੰ ਦੁਖੀ ਨਹੀਂ ਹੋ ਸਕਦਾ, ਅਗਰ ਆਪਣੇ ਬਾਪ ਨੂੰ ਦੁਖੀ ਰੱਖੇਗਾ ਕਦੇ ਤੂੰ ਸੁਖੀ ਨਹੀਂ ਰਹਿ ਸਕਦਾ। ਇਹ ਸਿਹਾਬੀ ਅਰਜ਼ ਕਰਦਾ, ਸੋਹਣਿਆ ਮੈਂ ਇਹ ਕਹਿ ਰਿਹਾ ਸਾਂ, ਇਹ ਮੇਰੇ ਪੁੱਤਰ ਤੈਨੂੰ ਕੀ ਪਤਾ ਮੈਂ ਕਿੰਨੀ ਮੁਸ਼ਕਲਾਂ ਅੰਦਰ ਤੈਨੂੰ ਜਵਾਨ ਕੀਤਾ ਹੈ, ਇਹ ਮੇਰੇ ਪੁੱਤਰ ਤੂੰ ਤੇ ਇੰਨਾ ਵੀ ਹੱਕ ਅਦਾ ਨਹੀਂ ਕਰ ਸਕਿਆ ਜਿੰਨਾ ਗਵਾਂਢੀ ਦਾ ਗਵਾਂਢੀ 'ਤੇ ਹੱਕ ਹੁੰਦਾ ਹੈ, ਜਿੰਨਾ ਗਵਾਂਢੀ ਦਾ ਗਵਾਂਢੀ 'ਤੇ ਹੱਕ ਹੁੰਦਾ ਤੂੰ ਤੇ ਇੰਨਾ ਵੀ ਮੇਰਾ ਹੱਕ ਅਦਾ ਨਹੀਂ ਕਰ ਸਕਿਆ, ਅੱਜ ਮੈਂ ਬੂੜਾ ਹੋ ਗਿਆ ਤੂੰ ਜਵਾਨ ਹੋ ਗਿਆ, ਚੱਲ 2 ਸਾਲ ਲਈ 4 ਸਾਲਾਂ ਦੇ ਬਾਅਦ ਮੈਂ ਦੁਨੀਆਂ ਤੋਂ ਟੁਰ ਜਾਣਾ ਹੈ, 5 ਸਾਲਾਂ ਦੇ ਬਾਅਦ ਮੈਂ ਦੁਨੀਆਂ ਤੋਂ ਟੁਰ ਜਾਣਾ ਹੈ, ਤੂੰ ਤੇ ਇੰਨਾ ਵੀ ਦੁੱਖ ਮੇਰਾ ਬਰਦਾਸ਼ਤ ਨਹੀਂ ਕਰ ਸਕਿਆ, ਤੂੰ ਤੇ ਇੰਨੀਆਂ ਵੀ ਤਕਲੀਫਾਂ ਮੇਰੀਆਂ ਬਰਦਾਸ਼ਤ ਨਹੀਂ ਕਰ ਸਕਿਆ। ਇਹ ਸਿਹਾਬੀ ਬਿਆਨ ਕਰੀ ਜਾ ਰਹੇ, ਅੱਲਾ ਦੇ ਨਬੀ ਰੋਈ ਜਾਂਦੇ ਨੇ, ਸੋਹਣੇ ਨਬੀ ਨੇ ਇਸ ਜਵਾਨ ਨੂੰ ਆਪਣੇ ਘਰ ਬੁਲਾਇਆ, ਇਹਦੇ ਸੀਨੇ 'ਤੇ ਹੱਥ ਮਾਰਿਆ, ਫਰਮਾਇਆ ਜਵਾਨਾ ਜਾਂ ਉੱਠ ਕੇ ਚਲਾ ਜਾ, ਤੂੰ ਵੀ ਆਪਣੇ
ਆਪਣੇ ਬਾਪ ਦਾ ਤੇ ਤੇਰਾ ਮਾਲ ਵੀ ਤੇਰੇ ਬਾਪ ਦਾ। ਤੂੰ ਵੀ ਆਪਣੇ ਬਾਪ ਦਾ ਤੇ ਤੇਰਾ ਮਾਲ ਵੀ, ਉਹ ਬੋਲੋ ਬੋਲੋ, ਤੇਰਾ ਮਾਲ ਵੀ। 40 ਸਾਲ ਆਪਣੇ ਬਾਪ ਦੇ ਘਰ ਅੰਦਰ ਗੁਜ਼ਾਰੇ ਨੇ, ਇੱਕ ਵਕਤ ਤੂੰ ਐਸਾ ਦੱਸ ਸਕਦਾ ਕਿ ਤੇਰੇ ਬਾਪ ਨੇ ਆਪਣਾ ਪੈਸਾ ਤੇਰੇ ਕੋਲੋਂ ਛੁਪਾਇਆ ਹੋਏ, ਆਪਣੀ ਦੌਲਤ ਤੇਰੇ ਕੋਲੋਂ ਛੁਪਾਈ ਹੋਏ, ਜਾਂ 40 ਸਾਲਾਂ ਦੇ ਅੰਦਰ ਆਪ ਬਾਪ ਨੇ ਖਾ ਲਿਆ ਹੋਏ ਅਤੇ ਤੈਨੂੰ ਪੁੱਛਿਆ ਨਾ ਹੋਏ, ਤੇਰਾ ਖਿਆਲ ਨਾ ਕੀਤਾ ਹੋਏ? ਅੱਜ ਕਈ ਐਸੇ ਬਾਪ ਦੱਸ ਸਕਦੇ ਨੇ ਕਿ ਸਾਡਾ ਪੁੱਤਰ ਖਾਂਦਾ, ਸਾਨੂੰ ਪੁੱਛਣ ਵਾਲਾ ਕੋਈ ਨਹੀਂ, ਦਵਾਈ ਲੈ ਕੇ ਦੇਣ ਵਾਲਾ ਕੋਈ ਨਹੀਂ, ਅੱਲਾਹ ਉੱਪਰ ਸਾਡਾ ਖਿਆਲ ਕਰਨ ਵਾਲਾ ਕੋਈ ਨਹੀਂ। ਓਏ ਆਪਣੇ ਬਾਪ ਦੀ ਇੱਜ਼ਤ ਕਰ, ਅਗਰ ਤੇਰਾ ਬਾਪ ਮੌਜੂਦ ਹੈ, ਇਹਤਰਾਮ ਕਰ, ਉਸਨੇ ਸਲੂਕ ਨਾਲ ਪੇਸ਼ ਆ, ਅੱਲਾਹ ਦੁਨੀਆਂ 'ਤੇ ਸੁੱਖ ਤੇਰਾ ਮੁਕੱਦਰ ਬਣਾ ਦੇਣਗੇ, ਅੱਲਾਹ ਕਬਰ ਅੰਦਰ ਜਾਏਗਾ, ਅੱਲਾਹ ਕਬਰ ਅੰਦਰ ਸੁੱਖ ਤੇਰਾ ਮੁਕੱਦਰ ਬਣਾ ਦੇਣਗੇ, ਅੱਲਾਹ ਦੀ ਅਦਾਲਤ ਅੰਦਰ ਜਾਏਗਾ, ਅੱਲਾਹ ਉੱਥੇ ਵੀ ਸਕੂਨ ਤੇਰਾ ਮੁਕੱਦਰ ਬਣਾ ਦੇਣਗੇ। ਆਪਣੇ ਬਾਪ ਨੂੰ ਆਪਣਾ ਦੋਸਤ ਬਣਾ, ਉਹਦੇ ਨਾਲ ਯਾਰੀ ਲਗਾ, ਮੁਹੱਬਤ ਕਰ, ਦੁਨੀਆ 'ਤੇ ਬੜੇ ਬੜੇ ਯਾਰ ਮਿਲਣਗੇ, ਬੜੇ ਬੜੇ ਦੋਸਤ ਮਿਲਣਗੇ, ਪਰ ਬਾਪ ਤੋਂ ਵੱਧ ਕੇ ਕੋਈ ਵਫਾਦਾਰ ਬੋਲੋ ਦੋਸਤ ਹੋ ਸਕਦਾ? ਇਹਦੇ ਰਿਸ਼ਤੇ ਹੀ ਅੱਲਾਹ ਨੇ ਬੜਾ ਪਿਆਰਾ ਬਣਾਇਆ। ਓਏ ਬਾਪ ਔਲਾਦ ਦਾ ਰਿਸ਼ਤਾ ਵੱਖਰਾ ਹੁੰਦਾ ਏ, ਤੁਰ ਜਾਵੇ ਜਦ ਬਾਪ ਤੇ ਰੋਣਾ ਪੈਂਦਾ ਏ। ਬਾਪ ਔਲਾਦ ਦਾ ਰਿਸ਼ਤਾ ਵੱਖਰਾ ਹੁੰਦਾ ਏ, ਤੁਰ ਜਾਵੇ ਜਦ ਬਾਪ ਤੇ ਰੋਣਾ ਪੈਂਦਾ ਏ। ਅੱਲਾਹ ਜਿਨ੍ਹਾਂ ਦੇ ਵਾਲਦਿਆਂ ਦੁਨੀਆਂ ਤੋਂ ਰੁਖਸਤ ਹੋ ਕੇ ਜੰਨਤ ਅੰਦਰ ਆਲਾ ਮੁਕਾਮ ਨਸੀਬ ਫਰਮਾ। ਜ਼ਰਾ ਪੜ੍ਹ, ਸਾਰੇ ਪੜ੍ਹੋ, ਵਕੁਰ ਰੱਬੀ ਰਹਮ ਹੁਮਾ, ਸਾਰੇ ਪੜ੍ਹੋ, ਸਾਰੇ ਵਕੁਰ ਰੱਬੀ ਰਹਮ ਹੁਮਾ ਕਮਾ ਰੱਬਾ ਯਾਰੀ ਸਗੀਰਾ। ਨਬੀ ਪਾਕ ਦੀ ਹਦੀਸ ਹੈ, ਅਗਰ ਔਲਾਦ ਨੂੰ ਪਤਾ ਲੱਗ ਜਾਏ ਨਾ ਕਿ ਤੁਹਾਡੇ ਦੁਆ ਕਰਮ ਦੀ ਵਜ੍ਹਾ ਤੋਂ ਅੱਲਾਹ ਮਾਪਿਆਂ ਦੀ ਕਬਰ 'ਤੇ ਕਿੰਨੀਆਂ ਰਹਿਮਤਾਂ ਕਰਦਾ, ਇਹ ਔਲਾਦ ਰੋਜ਼ਾਨਾ ਹੀ ਆਪਣੇ ਮਾਪਿਆਂ ਦੇ ਹੱਕ ਅੰਦਰ ਅੱਲਾਹ ਦੇ ਹਜ਼ੂਰ ਦੁਆ ਕਰਿਆ ਕਰ। ਸਾਰੇ ਜ਼ਰਾ ਪੜ੍ਹੋ, ਵਕੁਰ ਰੱਬੀ ਰਹਮ ਹੁਮਾ ਕਮਾ ਰੱਬਾ ਯਾਨੀ ਸਗੀਰਾ। ਆਖਰੀ ਮੁਹੱਬਤ ਵਾਲੇ ਜੁਮਲੇ, ਬਾਪ ਔਲਾਦ ਦਾ ਰਿਸ਼ਤਾ ਵੱਖਰਾ ਹੁੰਦਾ ਏ, ਤੁਰ ਜਾਵੇ ਜਦ ਬਾਪ ਤੇ ਰੋਣਾ, ਤੁਰ ਜਾਵੇ ਜਦ ਬਾਪ ਤੇ ਰੋਣਾ ਪੈਂਦਾ ਏ। ਉਹ ਸ਼ੇਰਾਂ ਵਾਂਗੂ ਹੌਸਲੇ ਬਾਪ ਸਿਖਾ ਦਿੰਦਾ, ਆਪ ਧੱਕੇ ਖਾ ਕੇ ਪੁੱਤਰ ਪੜਾ ਦਿੰਦਾ। ਉਹ ਸ਼ੇਰਾਂ ਵਾਂਗੂ ਹੌਸਲੇ ਬਾਪ ਸਿਖਾ ਦਿੰਦਾ, ਆਪ ਧੱਕੇ ਖਾ ਕੇ ਪੁੱਤਰ ਪੜਾ ਦਿੰਦਾ। ਉਹ ਦਸ ਖਾਂ ਇੰਜ ਦਾ ਹੌਸਲਾ ਹੋਰ ਕਿੰਦਾ ਏ, ਤੁਰ ਜਾਵੇ ਜਦ ਬਾਪ ਤੇ ਰੋਣਾ, ਤੁਰ ਜਾਵੇ ਜਦ ਬਾਪ ਤੇ ਰੋਣਾ ਪੈਂਦਾ ਏ। ਓਏ ਕੰਦੇ ਬਾਪ ਦੇ ਬਚਪਨ ਦੀ ਅਸਵਾਰੀ ਸੇ, ਪੀਂਗ ਹੱਥਾਂ ਦੀ ਜੂਟਣੀ ਵੱਖਰੇ ਨਜ਼ਾਰੇ ਸੇ। ਓਏ ਪੁੱਤਰਾਂ ਦੇ ਦੁੱਖ ਕਦੇ ਵੀ ਬਾਪ ਨਹੀਂ ਸਹਿੰਦਾ ਏ, ਤੁਰ ਜਾਵੇ ਜਦ ਬਾਪ ਤੇ ਰੋਣਾ ਪੈਂਦਾ। ਓਏ ਦੱਸੋ ਖਾਂ ਫਿਰ ਕਿਸ ਨੂੰ ਇੰਜ ਸਤਾਓਗੇ, ਗੱਲ ਗੱਲ ਦੇ ਨਾਲ ਜਿਹੜਾ ਕਿਤੇ ਨਾਲ ਲਾਓਗੇ। ਓਏ ਦੱਸੋ ਖਾਂ ਫਿਰ ਕਿਸ ਨੂੰ ਇੰਜ ਸਤਾਓਗੇ, ਗੱਲ ਗੱਲ ਦੇ ਨਾਲ ਜਿਹੜਾ ਕਿਤੇ ਨਾਲ ਲਾਓਗੇ। ਪੁੱਤਰਾਂ ਦੀ ਹਰ ਗੱਲੀ ਬਾਪ ਸਹਿੰਦਾ ਏ, ਤੁਰ ਜਾਵੇ ਜਦ ਬਾਪ ਤੇ ਰੋਣਾ ਪੈਂਦਾ ਏ। ਨਬੀ ਪਾਕ ਨੇ ਫਰਮਾਇਆ, ਤਿੰਨਾਂ ਬੰਦਿਆਂ ਦੀ ਅੱਲਾ ਨਾ ਨਫਲੀ ਇਬਾਦਤ ਕਬੂਲ ਕਰਦਾ ਤਾਂ ਨਾ ਫਰਜ਼ੀ ਇਬਾਦਤ ਕਬੂਲ ਕਰਦਾ। ਆ ਕੁਨ ਵ ਮਨ ਨਾਨੁਨ ਵ ਮੁਕਸਿਬੁ ਬਿਲ ਕਦਰ, ਹਦੀਸ ਅਲਫਾਜ਼ ਨੇ, ਪਹਿਲਾ ਬੰਦਾ ਜਿਹੜਾ ਕਿਸੇ ਨਾਲ ਨੇਕੀ ਕਰਦਾ, ਕਿਸੇ 'ਤੇ ਅਹਿਸਾਨ ਕਰਦਾ ਅਤੇ ਕੱਲ੍ਹ ਨੂੰ ਉਸ ਨੇਕੀ ਦਾ ਤਾਨਾ ਮਾਰਦਾ, ਅਤੇ ਦੂਸਰਾ ਜਿਸ ਜਿਹੜਾ ਬੰਦਾ ਤਕਦੀਰ ਦਾ ਮੁਨਕਰ ਹੈ, ਕੋਈ ਨੁਕਸਾਨ ਹੋ ਗਿਆ, ਕੋਈ ਬੰਦਾ ਕਹੇ ਪਰੇਸ਼ਾਨ ਹੋ, ਤੇਰੇ ਮੁਕੱਦਰ ਵਿੱਚ ਲਿਖਿਆ ਸੀ ਇੰਝ ਹੋਣਾ ਸੀ, ਕਹਿੰਦਾ ਸਾਰਾ ਨੁਕਸਾਨ ਮੇਰੇ ਮੁਕੱਦਰ ਵਿੱਚ ਹੀ ਲਿਖੇ, ਤਕਦੀਰ ਦਾ ਜਿਹੜਾ ਬੰਦਾ ਮੁਨਕਰ ਹੈ। ਅਤੇ ਤੀਸਰਾ ਬੰਦਾ ਜਿਹੜਾ ਵਾਲਦਿਆਂ ਦਾ ਨਾ ਫਰਮਾਨ ਹੈ, ਜਿਹੜਾ ਬੰਦਾ ਤਿੰਨ ਕਿਸਮ ਦੇ ਗੁਨਾਹ ਕਰਦਾ, ਅੱਲਾਹ ਨਾ ਉਹਦੀ ਨਫਲੀ ਇਬਾਦਤ ਕਬੂਲ ਕਰਦਾ ਅਤੇ ਨਾ ਅੱਲਾਹ ਦੀ ਫਰਜ਼ੀ ਇਬਾਦਤ ਕਬੂਲ ਕਰਦਾ, ਅੱਲਾਹ ਦੇ ਹਜ਼ੂਰ ਦੁਆਏ ਅੱਲਾਹ ਤਾਲਾ ਸਾਨੂੰ ਇਹਨਾਂ ਤਿੰਨਾਂ ਗੁਨਾਹਾਂ ਤੋਂ ਬਚਣ ਦੀ ਤੋਫੀਕ ਨਸੀਬ ਫਰਮਾਏ। ਫਿਰ ਕਿਆ ਦੁਆ ਮੇਰੀ।
اللہ والدین دا ادب و احترام کرن دی توفیق نصیب فرمائے. وما علینا الا البلاغ.